मैं मनजीत सिंह धनेर भारतीय किसान यूनियन टकौंदा का सीनियर मीत प्रधान। भावें साड़ी ड्यूटी तो यह बनी हुई है भी असी जिहो जिहे मोर्चे दे विच किते चार ट्रालियां खड़ गईयां, किते छे ट्रालियां खड़ गईयां। पहली बारी सानू यह मौका मिलिया, अगे साडे जिले कट्ठे बैठे होंदे सी, ब्लाक कट्ठे बैठे होंदे सी, जां साडा सारा पंजाब दा कट्ठ होंदा सी, तां मोर्चिआं दे विच असी उहनां नाल गल्लबात करदे रहिंदे सी, लोकां नूं जानकारियां लैंदे वी सी, जानकारियां दिंदे वी सी। हुण दी साडी वध ड्यूटी तां भावें इह है ਵੀ ਲੋਕਾਂ ਨੂੰ ਨਾਲ ਦੀ ਨਾਲ ਜਾਣਕਾਰੀਆਂ ਦੇਣੀਆਂ ਅਤੇ ਲੋਕਾਂ ਤੋਂ ਜਾਣਕਾਰੀਆਂ ਲੈਣੀਆਂ। ਅਤੇ ਬਾਕੀ ਜਿੱਡਾ ਮੋਰਚਾ ਲੰਮਾ ਚੱਲਿਆ, ਪਿੱਛੇ ਜਿਹੜੇ ਹੈਗੇ ਆ ਲੋਕਾਂ ਨੂੰ ਆਉਣ ਜਾਣ ਜਿਹੜਾ ਬਣਿਆ ਹੋਇਆ, ਕਿਸੇ ਨੂੰ ਕਬੀਲਦਾਰੀ 'ਚ ਜਾਣਾ ਪੈਂਦਾ, ਆਉਣਾ ਪੈਂਦਾ, ਇਹੋ ਜਿਹੀ ਹਾਲਤਾਂ ਚੱਲਦੀਆਂ ਸੀ। ਪਰ ਫਿਰ ਵੀ ਕੁਛ ਕੁ ਲੋਕਾਂ ਨੂੰ ਇਹ ਲੱਗਦਾ ਹੁੰਦਾ ਜੇ ਅਸੀਂ 5-7 ਦਿਨ ਸਟੇਜ 'ਤੇ ਨਾ ਦੇਸੀ ਤਾਂ ਪਤਾ ਨਹੀਂ ਲੀਡਰ ਕਿੱਥੇ ਗਏ ਹੋਏ ਨੇ। ਪਿਛਲੇ ਦਿਨੀ ਜੋ ਸੰਯੁਕਤ ਮੋਰਚੇ ਨੇ ਕੀਤਾ ਤਾਂ ਮੈਂ ਉਸ ਗੱਲ ਦੀ ਸ਼ੁਰੂਆਤ ਕਰਨ ਲੱਗਿਆ, ਮਤਲਬ ਜਿਹੜੇ ਸਾਡੇ ਦਰਸ਼ਕ ਵੀਰ ਹੈ ਜਾਂ ਸਰੋਤੇ ਹੈ, ਮੇਰਾ ਜੀ ਕਰਦਾ ਵੀ ਮੈਂ ਅਸਲ 'ਚ ਮੁੱਢ ਤੋਂ ਲੈ ਕੇ ਆਵਾਂ, ਕਿਉਂਕਿ ਮੈਨੂੰ ਨਾ ਕੁਛ ਲੋਕਾਂ ਨੇ ਇਹ ਗੱਲ ਕਹੀ ਵੀ ਤੁਸੀਂ ਜਿੱਥੇ ਲਿਆ ਕੇ ਟਰਾਲੀਆਂ ਖੜਾਈ ਖੜ੍ਹੇ ਹੋ, ਉਹਨਾਂ ਨੇ ਜਾਣੀ ਇਹ ਗੱਲ ਕਹੀ ਵੀ ਇੱਥੇ ਜੇ 10 ਕੁ ਦਿਨ ਪਾਣੀ ਖੜ੍ਹਾ ਰਹੇ ਛੱਪੜ ਦੇ ਵਿੱਚ ਤਾਂ ਮੁਸ਼ਕ ਮਾਰਨ ਲੱਗ ਜਾਂਦਾ। ਮੇਰੇ ਦਿਮਾਗ 'ਚੋਂ ਸਵਾਲ ਬਣ ਗਿਆ ਵੀ ਅਸਲ 'ਚ ਉਹ ਬੰਦੇ ਨੇ ਜਿਹੜੇ ਨੇ ਮੈਨੂੰ ਸਵਾਲ ਕੀਤਾ ਹੈ, ਉਹ ਚਾਹੁੰਦਾ ਵੀ ਛੇਤੀ ਤੁਸੀਂ ਬੈਰੀਕੇਡ ਤੋੜੋ ਅਤੇ ਦਿੱਲੀ 'ਚ ਵੜੋ, ਫਿਰ ਜਿਹੜਾ ਪਾਣੀ ਆ ਸਾਫ਼ ਹੋ ਜੂਗਾ। ਮੈਂ ਸਰੋਤੇ ਵੀਰਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦਾ, ਇੱਕ ਤਾਂ ਉਸ ਵੀਰ ਨੂੰ ਵੀ ਮੈਂ ਗੱਲ ਕਹੀ ਸੀ, ਮੈਂ ਸਟੇਜ ਤੋਂ ਵੀ ਬੋਲਦਾ ਹੁੰਦਾ ਵੀ ਅਸਲ 'ਚ ਪਾਣੀ ਖੜ੍ਹਾ ਕਿ ਪਾਣੀ ਤੁਰਿਆ ਜਾਂਦਾ ਹੈ, ਕਿਸੇ ਦੀ ਐਨਕ ਦੇ ਵਿੱਚ ਫਰਕ ਹੋ ਸਕਦਾ, ਅੱਖ ਦੇ ਵਿੱਚ ਫਰਕ ਹੁੰਦਾ ਜਾਂ ਉਹਨੂੰ ਦਿਖਦਾ ਹੁੰਦਾ ਹੈ ਵੀ ਪਾਣੀ ਤੁਰਿਆ ਜਾਂਦਾ, ਪਰ ਉਹਨੇ ਪਾਣੀ ਦਾ ਨੱਕਾ ਕਿਸੇ ਹੋਰ ਪਾਸੇ ਵੱਢਣਾ ਹੁੰਦਾ ਅਤੇ ਜਿਹੜਾ ਵੱਢਿਆ ਵੀ ਗਿਆ ਮੇਰੇ ਹਿਸਾਬ ਨਾਲ। ਦੇਖੋ ਜਦੋਂ ਪੰਜਾਬ ਦੇ ਵਿੱਚ, ਪੰਜਾਬ 'ਚ ਨਹੀਂ ਸੋਰੀ, ਭਾਰਤ ਦੇ ਵਿੱਚ ਕਰੋਨਾ ਹੋ ਕੇ ਇਹ ਕਾਲੇ ਕਾਨੂੰਨ ਬਣੇ ਜਾਂ ਹੋਰ ਜਿਹੜੇ ਲੋਕਾਂ ਨੂੰ ਲੁੱਟਣ ਵਾਲੇ ਕਾਨੂੰਨ ਬਣਾਉਣ ਵਾਸਤੇ ਸਰਕਾਰ ਇਹ ਇੱਕ ਬਹਾਨਾ ਲਿਆਈ, ਤਾਂ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਹੈ, ਕਈ ਮੋਦੀ ਨੂੰ ਤਾਂ ਭਾਜਪਾ ਨੂੰ ਗਾਲਾਂ ਕੱਢੀ ਗਏ, ਮੋਦੀ ਬਾਰੇ ਤਾਂ ਯਾਦ ਰਿਹਾ ਅਤੇ ਇਹਦੇ ਬਾਰੇ ਭੁੱਲ ਗਏ, ਅਮਰਿੰਦਰ ਬਾਰੇ। ਅਮਰਿੰਦਰ ਨੇ ਸਾਨੂੰ ਇੱਕ ਨਵਾਂ ਤੋਹਫਾ ਹੋਰ ਦਿੱਤਾ ਸੀ, ਨਾਲ ਹੋਰ ਕਹਿੰਦੀ ਕਿਤੇ ਕਰਫਿਊ ਲੱਗਿਆ ਹੋਵੇ ਜਾਂ ਨਾ, ਪੰਜਾਬ ਦੇ ਵਿੱਚ ਨਾਲ ਕਰਫਿਊ ਲੱਗਿਆ ਸੀ ਪਹਿਲੇ ਮਹੀਨੇ, ਅਤੇ ਜਿਹੜਾ ਪਹਿਲੇ ਮਹੀਨੇ ਕਰਫਿਊ ਲੱਗਿਆ ਉਸ ਕਰਫਿਊ ਨੇ ਸਾਨੂੰ ਘਰਾਂ ਦੇ ਵਿੱਚ ਕੈਦ ਕਰਕੇ ਰੱਖਿਆ। ਅਸੀਂ ਪੜ੍ਹਨ ਅਤੇ ਸੋਚਣ 'ਤੇ ਜ਼ੋਰ ਲਾਇਆ, ਜਿਹੜਾ ਅਸੀਂ ਮਤਲਬ ਮੈਦਾਨਾਂ ਦੇ ਵਿੱਚ ਹਰ ਵਕਤ ਭੱਜੇ ਫਿਰਦੇ ਹੁੰਦੇ ਸੀ, ਤਾਂ ਉਹਨੇ ਸਾਨੂੰ ਮਜਬੂਰ ਕੀਤਾ ਸੋਚਣ ਲਈ ਵੀ ਹੁਣ ਆਪਾਂ ਇਕੱਠੇ ਹੋਈਏ, ਵੀ ਗੱਲ ਤਾਂ ਕਸੂਤੀ ਹੋ ਗਈ ਆ, ਜਿਹੜੇ ਕਾਲੇ ਕਾਨੂੰਨ ਬਣਾ ਗਿਆ ਚੌਥੇ ਪੰਜਵੇਂ ਕੁ ਦਿਨ ਹੀ, ਮੈਨੂੰ ਲੱਗਦਾ ਜਦੋਂ ਲੋਕਡਾਊਨ ਕੀਤਾ ਉਦੋਂ ਚੌਥੇ ਪੰਜਵੇਂ ਦਿਨ ਇਹਨੇ ਕਾਲੇ ਕਾਨੂੰਨ ਬਣਾ ਤੇ, ਤਾਂ ਅਸੀਂ ਇਸ ਗੱਲ 'ਤੇ ਕੁਛ ਜਥੇਬੰਦੀਆਂ ਅਸੀਂ ਪਹਿਲਾਂ ਹੀ ਸਾਂਝੇ ਘੋਲ ਲੜਨ ਦੇ ਵਧਾਈ ਸੀ, ਅਸੀਂ ਇਸ ਗੱਲ 'ਤੇ ਜ਼ੋਰ ਲਾਇਆ ਵੀ ਇਸ ਘੋਲ ਨੂੰ ਪਖਾਇਆ ਜਾਵੇ। ਤਾਂ ਤੁਸੀਂ ਪਿਆਰੇ ਲੋਕੋ ਸੋਚ ਕੇ ਦੇਖੋ, ਪਾਣੀ ਖੜ੍ਹਾ ਹੈ ਕਿ ਤੁਰਿਆ ਜਾਂਦਾ ਹੈ, ਇਹਦਾ ਫੈਸਲਾ ਤੁਸੀਂ ਕਰਨਾ। ਜਦੋਂ ਪਿੰਡਾਂ ਦੇ ਵਿੱਚ ਹਾਲਤ ਇਹੋ ਜਿਹੀ ਸੀ, ਹੂਟਰ ਵੱਜਦੇ ਹੁੰਦੇ ਸੀ ਪੁਲਿਸ ਦੇ ਕਰਫਿਊ ਦੇ ਵਿੱਚ ਵੀ 4 ਤੋਂ ਵੱਧ ਬੰਦੇ ਇਕੱਠੇ ਨਹੀਂ ਹੋਣੇ, ਤਾਂ ਮੈਨੂੰ ਉਹ ਦਿਨ ਯਾਦ ਆ ਜਦੋਂ 100 ਬੰਦਾ ਵਿੱਚ ਜਿਹਦੇ ਔਰਤਾਂ ਵੀ ਸੀ ਅਸੀਂ ਉਹ ਇਕੱਠੀਆਂ ਕੀਤੀਆਂ। ਲੋਕਾਂ ਨੂੰ ਇਹ ਸਮਝਾਉਂਦੇ ਸੀ ਵੀ ਸਰਕਾਰ ਕਿਵੇਂ ਸਾਡੇ ਖੇਤਾਂ 'ਤੇ ਹੱਲਾ ਕਰਨ ਜਾ ਰਹੀ ਹੈ, ਕਿਵੇਂ ਸਾਡੀ ਰੋਟੀ 'ਤੇ ਹੱਲਾ ਕਰਨ ਜਾ ਰਹੀ ਹੈ। ਤਾਂ ਲੋਕ ਆਏ, ਪੁਲਿਸ ਦਾ ਹੂਟਰ ਫਿਰ ਵੱਜ ਗਿਆ, ਪੁਲਿਸ ਦੀਆਂ 2 ਗੱਡੀਆਂ ਆਈਆਂ, ਉਹਨਾਂ ਨੇ ਸਾਨੂੰ ਮੀਟਿੰਗ ਦੇ ਵਿੱਚ ਇਹ ਕਹਿੰਦੇ ਵੀ ਬਾਕੀ ਤਾਂ ਹੁਣ, ਮੈਂ ਕਿਹਾ ਵੀ ਦੱਸੋ ਤੁਸੀਂ ਆਏ ਹੋ, ਥਾਣੇਦਾਰ ਆਏ ਸੀ, ਕਹਿੰਦੇ ਪ੍ਰਧਾਨ ਜੀ ਬਾਕੀ ਤਾਂ ਠੀਕ ਆ, ਤੁਸੀਂ ਮੂੰਹ 'ਤੇ ਪੱਟੀਆਂ ਨਹੀਂ ਬੰਨੀਆਂ। ਮੈਂ ਕਿਹਾ ਵੀ ਮੂੰਹ 'ਤੇ ਪੱਟੀਆਂ ਤਾਂ ਖੋਲ੍ਹਣ ਵਾਸਤੇ ਲੋਕ ਸੱਦੇ ਆ। ਤਾਂ ਮੇਰਾ ਉਹਨਾਂ ਵੀਰਾਂ ਨੂੰ ਸੁਨੇਹਾ ਜਿਹੜੇ ਕਹਿੰਦੇ ਆ ਪਾਣੀ ਖੜ੍ਹਿਆ, ਪਾਣੀ ਅਸਲ 'ਚ ਤੁਰਿਆ, ਜਿਹੜਾ ਅਸੀਂ ਇਹ ਮਤਲਬ ਭਾਖੜਾ ਪਿੰਡਾਂ ਦੇ ਵਿੱਚ ਜਦੋਂ ਤੋਰਿਆ, ਕਹਿਣ ਤੋਂ ਮੇਰਾ ਭਾਵ ਉਹਨਾਂ ਵੀਰਾਂ ਨੂੰ ਮੇਰਾ ਜਵਾਬ ਹੈ, ਪਿੰਡਾਂ ਦੇ ਵਿੱਚੋਂ ਕਰੋਨੇ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ, ਕਰੋਨਾ ਦੀ ਦਹਿਸ਼ਤ ਦੇ ਵਿੱਚੋਂ ਕੱਢ ਕੇ, ਕਿਉਂਕਿ ਕਰੋਨਾ ਤਾਂ ਹੈ ਨਹੀਂ ਸੀ, ਕਰੋਨਾ ਮਹਾਂਮਾਰੀ ਨਹੀਂ ਸੀ, ਕਰੋਨਾ ਇੱਕ ਬਿਮਾਰੀ ਸੀ। ਹੁਣ ਦਿੱਲੀ ਦੇ ਵਿੱਚ ਵੀ ਇਹਨੂੰ ਇਹਦੇ ਨਾਲ ਜੋੜ ਕੇ ਦੇਖੋ ਵੀ ਜਦੋਂ ਹੁਣ ਅਸੀਂ ਦਿੱਲੀ 'ਚ ਆਉਣਾ ਸੀ ਉਦੋਂ ਵੀ ਕਰੋਨਾ ਹੁੰਦੀ ਸੀ, ਕਰੋਨਾ ਨਾਲ ਆਪਣਾ ਬੰਦਾ ਮਰਿਆ ਵੀ ਕੋਈ ਨਹੀਂ ਮਰਿਆ। ਪਿਆਰੇ ਲੋਕੋ, ਕਰੋਨਾ ਹਊਆ ਬਣਾਇਆ ਗਿਆ ਸੀ। ਤਾਂ ਪੰਜਾਬ ਦੀ ਲੀਡਰਸ਼ਿਪ ਜਿਹੜੀ, ਖਾਸ ਕਰਕੇ ਮੈਂ ਕਹੂੰਗਾ 10 ਕਿਸਾਨ ਜਥੇਬੰਦੀਆਂ ਦੀ ਪਹਿਲਾਂ ਸੀ, ਤਾਂ ਉਹਨਾਂ ਨੇ ਕਰੋਨਾ ਤੋੜੋ ਇਕੱਠ ਕਰਨ ਦਾ ਫੈਸਲਾ ਲਿਆ ਅਤੇ ਪੰਜਾਬ ਦੇ ਵਿੱਚ 10 ਇਕੱਠ ਹੋਏ, 5 ਇਕੱਠ ਹੋਏ, ਇੱਕੇ ਦਿਨ 'ਚ 5 ਇਕੱਠ ਹੋਏ। ਉਹਦਾ ਨਾਂ ਸੀ ਕਰੋਨਾ ਤੋੜੋ ਇਕੱਠ।
ਤੇ ਮੈਨੂੰ ਮੇਰੇ ਇਲਾਕੇ ਮਹਿਲ ਆਪਣੇ ਮਹਿਲ ਕਲਾਂ ਬਰਨਾਲੇ ਦਾ ਪਤਾ 30,000 ਦਾ ਇਕੱਠ ਲੋਕਾਂ ਦਾ ਘਰਾਂ ਦੀ ਕੈਦ ਦੇ ਵਿੱਚੋਂ ਨਿਕਲ ਕੇ ਇਕੱਲਾ ਇਹ ਤੋੜਨ ਵਾਸਤੇ ਵੀ ਕਰੋਨਾ ਹੈ ਨਹੀਂ ਸਰਕਾਰ ਨੂੰ ਇਹ ਦਿਖਾਉਣ ਵਾਸਤੇ ਆਏ। ਉਦੋਂ ਅੱਗੇ ਫਿਰ ਸਰਕਾਰ ਨੇ ਕਰੋਨਾ ਦੀ ਦਹਿਸ਼ਤ ਪਾ ਕੇ ਮੰਡੀਆਂ ਦੇ ਵਿੱਚ ਡੱਬੇ ਜੇ ਵਾਹਤੇ ਵੀ ਝੋਨਾ ਜਿਹੜਾ ਵੱਢ ਕੇ ਲਿਆਉਣਾ ਝੋਨੇ ਦੀ ਇੱਕ ਟਰਾਲੀ ਉਹ ਲਿਆਊਗਾ ਕਿਸਾਨ ਉਹਨੂੰ ਪਾਸ ਮਿਲੂਗਾ। ਤਾਂ ਜਿਹੜਾ ਇਹ ਪਾਣੀ ਤੁਰਿਆ ਸੀ ਉਹਨੇ ਇਹ ਗੱਲ ਸਮਝ ਲਈ ਜਦੋਂ ਪੰਜਾਬ ਦੀ ਸਰਕਾਰ ਨਾਲ ਪਹਿਲੀ ਮੀਟਿੰਗ ਹੋਈ ਉਹਨਾਂ ਨੂੰ ਇਹ ਪੁੱਛਿਆ ਵੀ ਐਂ ਦੱਸੋ ਜਿਹੜਾ ਕਰੋਨਾ ਇਹ ਬੰਦਿਆਂ ਨੂੰ ਹੁੰਦਾ ਕਿ ਝੋਨੇ ਨੂੰ ਹੁੰਦਾ? ਤਾਂ ਕਿਸੇ ਵੀ ਸੈਕਟਰੀ ਨੂੰ ਕਿਸੇ ਨੂੰ ਮੁੱਖ ਮੰਤਰੀ ਨੂੰ ਗੱਲ ਦਾ ਜਵਾਬ ਨਹੀਂ ਸੀ ਆਇਆ। ਕਹਿੰਦੇ ਵੀ ਕਿਉਂ? ਅਸੀਂ ਆਖਿਆ ਵੀ ਤੁਸੀਂ ਡੱਬੇ ਵਾਹਤੇ, ਇੱਕ ਕਿਸਾਨ ਹੈ ਜਿਹੜਾ ਉਹ ਇੱਕ ਟਰਾਲੀ ਵੀ ਲੈ ਕੇ ਉਹ 10 ਟਰਾਲੀਆਂ ਵੀ ਲਿਆ ਕੇ ਮੰਡੀ ਦਾ ਲਾ ਸਕਦਾ? ਉਹ ਕਿਸਾਨ ਤਾਂ ਇੱਕੋ ਹੀ ਹੋਊ ਨਾ। ਜਾਂਦੀ ਉਦੋਂ ਵੀ ਕਹਿੰਦੇ ਵੀ ਕਰੋਨਾ ਨੂੰ ਵੀ ਆ ਦੂਜਾ ਝੋਨੇ ਨੂੰ ਵੀ ਕਰੋਨਾ ਹੋ ਜੂ। ਇਹਨਾਂ ਹਾਲਤਾਂ 'ਚੋਂ ਮੈਂ ਇਹ ਹਾਲਤਾਂ ਕਿਉਂ ਯਾਦ ਕਰਾਉਣਾ ਮੈਂ ਲੋਕਾਂ ਨੂੰ ਵੀ ਇਹਨਾਂ ਹਾਲਤਾਂ 'ਚੋਂ ਲੋਕਾਂ ਨੂੰ ਕੱਢ ਕੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਸੜਕਾਂ ਜਾਮ ਕੀਤੀਆਂ, ਰੇਲਾਂ ਜਾਮ ਕੀਤੀਆਂ, ਰੇਲ ਪਟੜੀਆਂ। ਸਭ ਤੋਂ ਪਹਿਲਾਂ ਆਪ ਇਕੱਠੇ ਹੋਏ 32 ਕਿਸਾਨ ਜਥੇਬੰਦੀਆਂ, 32 ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਜਦੋਂ ਲਲਕਾਰਾ ਮਾਰਿਆ ਤਾਂ ਪੰਜਾਬ ਦੇ ਲੋਕਾਂ ਨੂੰ 32 ਨਹੀਂ ਮੈਂ ਕਹੂੰਗਾ 32 ਗੁਣਾ ਹੋਰ ਹੌਸਲਾ ਹੋ ਗਿਆ ਵੀ ਇਹ ਸਾਰੇ ਇਕੱਠੇ ਹੋ ਗਏ। ਜਿਹੜੇ ਲੋਕ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਜਾ ਕੇ ਕਹਿਣਾ ਅੱਜ ਤੋਂ 20 ਸਾਲ ਪਹਿਲਾਂ ਦਿੱਤਾ ਸੀ ਐਸੇ ਤਾਂ ਇੰਨਾ ਲੱਗੀ ਲੋਕ ਤੁਹਾਡੀ ਜ਼ਮੀਨ ਖੋਹ ਲੈਣਗੇ, ਕਿਉਂਕਿ ਸਾਨੂੰ ਪਤਾ ਸੀ ਜਦੋਂ ਹੁਣ ਆਹ ਕਰਫੂ ਦੇ ਵਿੱਚ ਸੋਚਿਆ ਵੀ ਜੇ ਹੁਣ ਜ਼ਮੀਨ ਵਾਲਾ ਨਾਰਾ ਲੱਗ ਜੇ, ਜੱਟ ਦੀ ਨਸਲ ਇਹੋ ਜਿਹੀ ਆ ਵੀ ਜੇ ਇਹਦੀ ਇੱਕ ਗੱਠ ਜ਼ਮੀਨ ਵੱਢ ਲੈ ਨਾ ਕੋਈ ਇਹ ਗਲ ਵੱਢਦਾ, ਇਹ ਜ਼ਮੀਨ ਵੱਟ ਵੱਢਣ ਵਾਲੇ ਦਾ ਗਲ ਵੱਢਦਾ। ਹੁਣ ਤਾਂ ਇਹਦੀ ਸਾਰੀ ਜਾਂਦੀ ਸੀ, ਅਸੀਂ ਇਸ ਗੱਲ 'ਤੇ ਇਹਨਾਂ ਨੂੰ ਚੇਤਨ ਕੀਤਾ ਭਾਈ ਹੁਣ ਤਾਂ ਤੁਹਾਡੀ ਸਾਰੀ ਜਾਂਦੀ ਹੈ। ਤਾਂ ਫਿਰ ਜਿਹੜਾ ਪੰਜਾਬ ਦੇ ਵਿੱਚੋਂ ਵੱਡਾ ਹਲਾਰਾ ਮਿਲਿਆ ਉਹ ਜ਼ਮੀਨ ਜਾਂਦੀ ਕਰਕੇ ਪਹਿਲ ਕਿਸਾਨੀ ਨੇ ਕੀਤੀ। ਜਦੋਂ ਕਿਸਾਨੀ ਵਾਲੀ ਗੱਲ ਨੂੰ ਅਸੀਂ ਸਮਝਾਉਣ 'ਚ ਕਾਮਯਾਬ ਹੋ ਗਏ, ਤੁਸੀਂ ਦੇਖੋ ਟੋਲ ਪਲਾਜ਼ੇ ਜਿਹੜੇ ਹੈਗੇ ਮਤਲਬ ਜਾਂ ਮੌਲ ਘੇਰੇ, ਇਹਦਾ ਮਤਲਬ ਅਸੀਂ ਦੁਕਾਨੀ ਨੂੰ ਸਮਝਾਉਣਾ ਸਮਝਾ ਲਿਆ ਨਾਲ, ਕਿਉਂਕਿ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਇਹ ਮਜ਼ਦੂਰਾਂ ਦੀ ਵੀ ਆ, ਦੁਕਾਨੀ ਦੀ ਵੀ ਆ। ਉਦੋਂ ਗਾਹਾਂ ਹੁਣ ਤਾਂ ਇਹ ਸਾਫ਼ ਹੋ ਗਿਆ ਵੀ ਜਿਹੜਾ ਲੋਕ ਰੋਟੀ ਖਾਂਦੇ ਆ, ਜਿਹਨਾਂ ਨੂੰ ਰੋਟੀ ਦੀ ਲੋੜ ਆ ਉਹਨਾਂ ਦੀ ਆ, ਕਿਉਂਕਿ ਜਿਹੜੀਆਂ ਇਹ 2 ਕੰਪਨੀਆਂ ਜਿਹਨਾਂ ਨੂੰ ਇਹ ਸੰਭਾਲਣ ਜਾ ਰਿਹਾ ਅਡਾਨੀ ਅੰਬਾਨੀ ਨੂੰ, ਅੱਜ ਤਾਂ ਸੈਂਕੜੇ ਕੰਪਨੀਆਂ ਨੇ। ਮੈਂ 2 ਦੀ ਗੱਲ ਤਾਂ ਕਰਦਾ ਵੀ ਇਹ ਮੋਦੀ ਇਹਨਾਂ ਨਾਲ ਸਮਝੌਤਾ ਕਰਕੇ ਇਹਨਾਂ ਨੂੰ ਰਾਜ ਭਾਗ ਸੰਭਾਲਣਾ ਚਾਹੁੰਦਾ, ਉਹ ਅਨਾਜ ਦੀ ਪੈਦਾਵਾਰ ਵੀ ਇਹਨਾਂ ਕੋਲ ਹੋਵੇ ਅਤੇ ਜਿਹੜੀ ਮਤਲਬ ਅਨਾਜ ਦੀ ਵੰਡ ਹੈ ਵੇਚਣ ਦਾ ਵਪਾਰ ਕਰਨ ਦਾ ਵੀ ਇਹਨਾਂ ਕੋਲ ਹੋਵੇ। ਤਾਂ ਫਿਰ ਮੈਂ ਉਹਦੀ ਕੋਈ ਉਦਾਹਰਣ ਦਿੰਦਾ ਹੁੰਦਾ ਵੀ ਜਿਹੜਾ ਪਿਆਜ਼ ਪਿਛਲੇ ਸਾਲ ਜਦੋਂ 2019 ਦੇ ਵਿੱਚ 1955 ਵਾਲਾ ਕਾਨੂੰਨ ਜਿਉਂਦਾ ਸੀ ਤਾਂ ਉਦੋਂ ਜਿਹੜਾ 1.5 ਰੁਪਏ ਕਿਲੋ ਪਿਆਜ਼ ਸਾਤੋਂ ਲਿਆ ਸੀ, ਜਿਹੜੇ ਲੋਕ ਸਾਨੂੰ ਇਹ ਕਹਿੰਦੇ ਸੀ ਕਿਸਾਨ ਤਾਂ ਹੱਥੀਂ ਕੰਮ ਕਰਨਾ ਛੱਡ ਗਏ, ਇੱਕ ਤਾਂ ਮੇਰਾ ਉਹਨਾਂ ਨੂੰ ਸਵਾਲ ਹੈ ਵੀ ਕੀ ਪਿਆਜ਼ ਦੀ ਜਿਹੜੀ ਖੇਤੀ ਆ ਇਹ ਹੱਥਾਂ ਤੋਂ ਬਿਨਾਂ ਹੁੰਦੀ ਹੈ? ਦਸਾਂ ਨੌਹਾਂ ਦੀ ਨਹੀਂ, 20 ਨੌਹਾਂ ਦੀ ਕਮਾਈ ਆ ਇਹ। ਇਸ ਕਮਾਈ ਨੂੰ ਸਾਡੀ ਨੂੰ ਲੁੱਟ ਕੇ 1.5-2 ਰੁਪਏ ਕਿਲੋ ਸਾਨੂੰ ਪਿਛਲੇ ਸਾਲ ਹੀ 80 ਰੁਪਈਏ ਤੋਂ 100 ਰੁਪਈਏ ਤੱਕ ਵੇਚਿਆ ਨਹੀਂ, ਉਦੋਂ ਇਹ ਕਾਨੂੰਨ ਜਿਉਂਦਾ ਸੀ। ਹੁਣ ਜਦੋਂ ਇਹ ਕਾਨੂੰਨ ਮਰ ਗਿਆ, ਸਰਕਾਰ ਨੇ ਕਾਨੂੰਨ ਭੰਗ ਕਰਤਾ, ਹੁਣ ਉਹਨਾਂ ਨੂੰ ਖੁੱਲ੍ਹ ਦਿੱਤੀ ਵਪਾਰੀਆਂ ਨੂੰ, ਅਤੇ ਹੁਣ ਫਿਰ ਆਪ ਸੌਦਾ ਕਰਨ ਹਿਸਾਬ ਲਾਉਣ ਦਿਮਾਗ ਦਾ ਵੀ ਹੁਣ ਜਿਹੜੇ 7-4 ਰੁਪਏ ਗੰਢੇ ਖਰੀਦਣਗੇ ਜਾਂ 2 ਰੁਪਏ ਖਰੀਦਣਗੇ ਉਹ ਮਿਲਣੇ ਕੀ ਭਾਅ ਨੇ, ਕਿਉਂਕਿ ਹੁਣ ਉਹਨਾਂ 'ਤੇ ਕਾਨੂੰਨ ਕੋਈ ਕੰਮ ਨਹੀਂ ਕਰਦਾ। ਇਹ ਇੱਕੋ ਹੀ ਗੱਲ ਸਮਝਾ ਦਿੰਦੀ ਹੈ, ਸਾਰੇ ਅਨਾਜ ਦੀ ਇਹ ਗੱਲ ਬਣਨੀ ਆ, ਜਿਹੜਾ ਖਾਧੇ ਬਿਨਾਂ ਸਰਨਾ ਨਹੀਂ। ਅਤੇ ਆ ਜਿਹੜੀ ਚਟਨੀ ਅਸੀਂ ਘਰੇ ਕੁੱਟ ਕੇ ਖਾਂਦੇ ਹਾਂ ਨਾ ਪਿਆਜ਼ ਦੀ, ਇਹ ਮਤਲਬ 100-100 ਗ੍ਰਾਮ ਦੀ ਪੈਕਿੰਗ ਦਿਆ ਕਰਨਗੇ ਵੀ ਆਹ ਹੁਣ 40 ਰੁਪਏ ਦੀ ਪੈਕਿੰਗ ਆ, ਪਿਆਜ਼ ਦੀ ਚਟਨੀ ਲੈਣੀ ਆ ਵੀ ਲੈ ਲਓ ਐਂ ਕਰਿਆ ਕਰਨਗੇ। ਇੱਕ ਤਾਂ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਨੰਬਰ 2 'ਤੇ ਅਸੀਂ ਇਹਦੇ 'ਤੇ 32 ਕਿਸਾਨ ਜਥੇਬੰਦੀਆਂ ਹੋ ਕੇ ਲੜੀਆਂ, ਉਦੋਂ ਬਾਅਦ ਸਾਨੂੰ ਇਸ ਗੱਲ ਦਾ ਪਤਾ ਸੀ ਵੀ ਜਿਹੜੀ ਇਹ ਮੰਗ ਆ ਇਹ ਭਾਰਤ ਪੱਧਰ ਦੀ ਆ, ਨਾ ਕਿ ਪੰਜਾਬ ਪੱਧਰ ਦੀ। ਸਾਨੂੰ ਬਹੁਤ ਲੋਕਾਂ ਨੇ ਮਤਾਂ ਦਿੱਤੀਆਂ, ਬਹੁਤ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਹੋ ਸਕਦੀਆਂ ਪੰਜਾਬ ਪੱਧਰ ਦੀਆਂ। ਮੈਂ ਨਹੀਂ ਕਹਿੰਦਾ ਪੰਜਾਬ ਪੱਧਰ ਦੀਆਂ ਮੰਗਾਂ ਨਜਾਇਜ਼ ਨੇ, ਪੰਜਾਬ ਪੱਧਰ ਦੀਆਂ ਮੰਗਾਂ ਬਹੁਤ ਜਾਇਜ਼ ਨੇ। ਹਰਿਆਣੇ ਦੀਆਂ ਆਪਦੀਆਂ ਮੰਗਾਂ ਨੇ, ਤਾਮਿਲਨਾਡੂ ਦੀਆਂ ਆਪਦੀਆਂ ਨੇ, ਯੂਪੀ ਦੀਆਂ ਆਪਦੀਆਂ ਨੇ, ਉਹ ਸਾਡੀਆਂ ਸੂਬਿਆਂ ਦੀਆਂ ਵੱਖ ਵੱਖ ਮੰਗਾਂ। ਅਸੀਂ ਬਹੁਤ ਹੀ ਉਦੋਂ ਜਿਵੇਂ ਕਹਿੰਦੇ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਮਗਰੋਂ ਸਵਾਲ ਦਿੰਦਾ ਸੀ, ਉਦੋਂ ਵੀ ਜਿਹੜੇ ਵੀਰ ਕਾਲੀਆਂ ਪੰਜਾਬ ਦੀਆਂ ਮੰਗਾਂ 'ਤੇ ਜ਼ੋਰ ਲਾਉਂਦੇ ਸੀ ਉਹਨਾਂ ਨੂੰ ਸਟੇਜਾਂ 'ਤੇ ਟਾਈਮ ਵੀ ਦਿੱਤਾ, ਉਹਨਾਂ ਨੂੰ ਸਮਝਾਇਆ ਵੀ ਆਹ ਜਿਹੜੇ 3 ਕਾਲੇ ਕਾਨੂੰਨ ਹੈ
ਜਾਂ ਜਿਹੜੀ ਆਪਣੀ MSP ਵਾਲਾ ਕਾਨੂੰਨ ਆ ਇਹ ਭਾਰਤ ਪੱਧਰ ਦਾ ਇਹਦੀ ਲੜਾਈ ਭਾਰਤ ਪੱਧਰ ਤੇ ਲੈ ਕੇ ਜਾਣੀ ਪਊ। ਕੱਲਾ ਪੰਜਾਬ ਇਹਨੂੰ ਨਹੀਂ ਮਨਾ ਸਕਦਾ। ਜੇ ਕੱਲੇ ਪੰਜਾਬ 'ਚ ਆਪਾਂ ਰੱਖਾਂਗੇ ਇਹਨੂੰ ਤਾਂ ਆਪਣੇ ਨਾਲ ਜੰਮੂ ਕਸ਼ਮੀਰ ਵਾਲੀ ਹੋਊਗੀ। ਅਸੀਂ ਸਾਨੂੰ ਜਿਹੜੇ ਬੁੜਿਆਂ ਨੂੰ ਹੁਣੇ ਕਹਿੰਦੇ ਆ ਸਿਆਣੇ ਨਹੀਂ, ਕਈ ਲੋਕ ਫੇਸਬੁੱਕ 'ਤੇ ਕਹਿੰਦੇ ਇਹਨਾਂ ਤਾਂ ਅਕਲ ਨਹੀਂ, ਜ਼ਿਆਦਾ ਵਿਕੇ ਹੋਏ ਨੇ। ਅਸੀਂ ਉਦੋਂ ਵੀ ਇਸ ਨੂੰ ਦਿੱਲੀ 'ਚ ਲੈ ਕੇ ਆਏ। ਮੈਨੂੰ ਯਾਦ ਆ 26-27 ਅਕਤੂਬਰ ਵਾਲੀ ਮੀਟਿੰਗ ਦੇ ਵਿੱਚ ਜਦੋਂ ਇਹ ਪਾਸ ਕੀਤਾ, ਹਰਿਆਣੇ ਦੇ ਜਿਹੜੇ ਲੋਕ ਸੀ, ਜਿਹੜੇ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ 27 ਸਾਡੇ ਨਾਲ ਮੀਟਿੰਗ ਹੋਈ ਚੰਡੂਨੀ ਸਾਹਿਬ ਦੀ, ਤਾਂ ਚੰਡੂਨੀ ਸਾਹਿਬ ਹੁਣਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਜਦੋਂ 26-27 ਨਵੰਬਰ ਨੂੰ ਦਿੱਲੀ ਚੱਲੋ ਦਾ, ਉਹ ਕਹਿੰਦਾ ਪੰਜਾਬ ਵਾਲੇ ਉਹ ਆਓ, ਅਸੀਂ ਤੁਹਾਡੇ ਵਾਸਤੇ ਰਸਤੇ ਬਣਾਵਾਂਗੇ। ਹਰਿਆਣਿਆਂ ਵਾਲਿਆਂ ਨੇ ਸਾਡੇ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋ ਕੇ, ਮੈਂ ਕਹੂੰਗਾ ਤਨੋਂ ਮਨੋਂ ਜ਼ੋਰ ਲਾਇਆ, ਹਰਿਆਣੇ ਦੇ ਨੌਜਵਾਨਾਂ ਨੇ ਜ਼ੋਰ ਲਾਇਆ, ਹਰਿਆਣੇ ਦੀਆਂ ਜਥੇਬੰਦੀਆਂ ਨੇ ਅਗਵਾਈ ਕੀਤੀ ਉਹਦੀ, ਤਾਂ ਪੰਜਾਬ ਦੇ ਨਾਕੇ ਟੁੱਟੇ। ਪਰ ਫਿਰ ਵੀ ਕਈ ਜਿਹੜੇ ਮਤਲਬ ਪੰਜਾਬ ਦੇ ਵਿੱਚ ਵਿੱਚ ਰਹਿ ਕੇ ਕਹਿੰਦੇ ਸੀ ਇਹ ਮਸਲੇ ਹੱਲ ਹੋ ਜਾਣੇ ਆ, ਫੇਸਬੁੱਕਾਂ 'ਤੇ ਪ੍ਰਚਾਰ ਉਹਨਾਂ ਨੇ ਵੱਧ ਕੀਤਾ ਵੀ ਨਾਕੇ ਅਸੀਂ ਤੋੜਤੇ। ਇਹ ਲੋਕਾਂ ਨੇ ਅਸਲੀ ਸਮਝਣੀ ਆ, ਤੋੜੇ ਹੋਣਗੇ ਉਹਨਾਂ ਨੇ ਵੀ, ਜਦੋਂ ਨਾਕੇ ਅੰਦਰੋਂ ਟੁੱਟ ਕੇ ਫਿਰ ਬਾਹਰੋਂ ਟੁੱਟ ਹੀ ਜਾਂਦੇ ਹੁੰਦੇ ਆ। ਪਰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ। ਹੁਣ ਇਸ ਗੱਲ 'ਚ ਅਸੀਂ ਫਸੇ ਹੋਏ ਹਾਂ, ਲੋਕ ਫੈਸਲਾ ਕਰਕੇ ਦੇਣ ਸਾਨੂੰ। ਅਸੀਂ ਹਰਿਆਣਾ ਤੋਰਿਆਂ ਨਾਲ ਹਰਿਆਣੇ ਦੇ ਟੋਲ ਪਲਾਜ਼ੇ ਬੰਦ ਕਰਾ ਦੇ, ਕਾਲੇ ਕਾਨੂੰਨਾਂ ਖਿਲਾਫ਼ ਤਾਂ ਲੜਿਆ ਜਾਊਗਾ। ਉਦੋਂ ਅੱਗੇ ਅਸੀਂ ਰਾਜਸਥਾਨ ਲਿਆ UP ਲਈ, ਹੁਣ ਸਾਨੂੰ ਲੋਕ ਇਹ ਗੱਲ ਕਹਿੰਦੇ ਆ, ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ। ਮੈਂ ਤੁਹਾਡੀਆਂ ਭਾਵਨਾਵਾਂ 'ਤੇ ਪੂਰਾ ਮੈਂ ਫੁੱਲ ਚੜ੍ਹਾਉਣਾ ਵੀ ਤੁਰਨਾ ਚਾਹੀਦਾ। ਹੁਣ ਦੋ ਕਿਸਮ ਦੇ ਵਿਚਾਰ ਨੇ, ਇੱਕ ਤਾਂ ਕਹਿੰਦੇ ਵੀ ਸੂਬੇ ਦੀ ਲੜਾਈ ਆ, ਇੱਕ ਕਹਿੰਦੇ ਭਾਰਤ ਪੱਧਰ ਦੀ ਲੜਾਈ ਆ। ਹੁਣ ਮੈਂ ਇਸ ਗੱਲ ਦਾ ਹਾਮੀ ਹਾਂ ਵੀ ਇਸ ਘੋਲ ਵਾਸਤੇ, ਜਿਹੜੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਵਾਲਾ ਘੋਲ ਆ, ਇਹਦੇ 'ਤੇ ਹੋਰ ਸੂਬਿਆਂ ਨੂੰ ਵੀ ਸਾਨੂੰ ਨਾਲ ਜੋੜਨਾ ਪਊਗਾ। 3 ਕਾਲੇ ਕਾਨੂੰਨ ਵਾਪਸ ਕਰਨ ਲਈ, MSP ਦੀ ਖਰੀਦ ਖਾਤ ਅਮਲ ਕਰਨ ਲਈ, ਜਾਂ ਫੜੇ ਹੋਏ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਰਿਹਾਅ ਕਰਾਉਣ ਵਾਸਤੇ, ਜਾਂ ਜਿਹੜੀ ਮਸ਼ੀਨਰੀ ਫੜੀ ਗਈ ਆ ਉਹਨੂੰ ਬਾਹਰ ਲਿਆਉਣ ਵਾਸਤੇ, ਇਸ ਘੋਲ ਦੀਆਂ ਮੰਗਾਂ ਬਣ ਗਈਆਂ ਨੇ, ਤਾਂ ਇਹ ਸੰਯੁਕਤ ਮੋਰਚੇ ਦੀਆਂ ਮੰਗਾਂ। ਇਹਨਾਂ ਮੰਗਾਂ ਵਾਸਤੇ ਮੈਂ ਕਹੂੰਗਾ ਇਕੱਲੀ ਏਕਤਾ ਨਹੀਂ, ਅਸੂਲੀ ਏਕਤਾ ਦੀ ਲੋੜ ਹੈ। ਅਸੂਲੀ ਏਕਤਾ, ਹੁਣ ਸਾਨੂੰ ਸਵਾਲ, ਮੈਂ ਉੱਧਰ UP ਭੋਗ 'ਤੇ ਗਿਆ, ਉਹ ਮੈਨੂੰ ਪੁੱਛਦੇ ਵੀ 26 ਤਰੀਕ ਦੀ ਪਰੇਡ ਤੁਸੀਂ ਕਾਹਦੀ ਕੀਤੀ ਆ, ਪੰਜਾਬੀਆਂ ਦੇ ਮੂੰਹ ਉੱਡੇ ਪੰਜਾਬੀ ਪੁੱਛ ਰਹੇ ਆ। ਹਰਿਆਣੇ 'ਚ ਮੇਰੇ ਨਾਲ ਬੈਠੇ ਮੇਰੇ ਪਿੰਡ ਦੇ ਲੋਕ ਦੱਸਦੇ ਆ, ਹਰਿਆਣਾ ਵਾਲੇ 2 ਦਿਨ ਬੋਲੇ ਨਹੀਂ। ਜੇ ਬਾਈ ਕਿਆ ਕਰਦੀ ਆ ਆਪ 26-27 ਕੋ ਜੇ ਤੋਂ ਬੋਹ ਹੀ ਕਰਦੀ ਆ, ਜਾਣੀ ਉਹਨਾਂ ਲੋਕਾਂ ਨੂੰ ਅਸੀਂ ਸਮਝਾਇਆ, ਉਹ 26-27 ਵਾਲਾ ਜਿਹੜਾ ਮੋੜ ਆਇਆ ਸੀ, ਉਹ 26-27 ਵਾਲੇ ਮੋੜ ਨੇ ਸਾਡੇ ਨੌਜਵਾਨਾਂ ਨੂੰ ਬਹੁਤ ਭੰਬਲ ਭੂਸੇ 'ਚ ਪਾਇਆ। ਮੈਂ ਪੰਜਾਬ 'ਚ ਗਿਆ 2 ਦਿਨ, 70-70-80-80 ਮੁੰਡਿਆਂ ਨੇ ਮੇਰੇ ਨਾਲ ਵਿਚਾਰ ਵਟਾਂਦਰਾ ਕੀਤਾ। ਮੈਂ ਨਹੀਂ ਕਹਿੰਦਾ ਮੈਨੂੰ ਉਹ ਸਵਾਲ ਪੁੱਛਦੇ, ਮੈਨੂੰ ਪੁੱਛਣੇ ਹੀ ਚਾਹੀਦੇ ਸੀ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। 3 ਇਲਾਕਿਆਂ ਦੇ ਵਿੱਚੋਂ ਜਿਹੜੇ ਇੱਥੋਂ ਮੁੜ ਕੇ ਗਏ ਨੇ ਆਪਣੇ ਦਿੱਲੀ ਮੋਰਚੇ ਦੇ, ਉੱਦਣ 26 ਆਪਣੇ ਲਾਲ ਕਿਲ੍ਹੇ ਤੋਂ, ਉਹਨਾਂ ਲੋਕਾਂ ਨੇ ਕਿਹਾ ਬਾਪੂ ਆ ਸਾਡੇ ਇਲਾਕੇ, ਸਾਨੂੰ ਤਾਂ ਗੱਲ ਦਾ ਹੀ ਨਹੀਂ ਸੀ ਪਤਾ, ਅਸੀਂ ਤਾਂ ਫੇਸਬੁੱਕ 'ਤੇ ਹੀ ਰਹੇ, ਹੁਣ ਤੱਕ ਤਾਂ ਗੱਲ ਸੁਣ ਕੇ ਪਤਾ ਲੱਗਦਾ। ਤੁਹਾਡੀ ਗੱਲ ਸੁਣ ਕੇ ਸੰਯੁਕਤ ਮੋਰਚੇ ਦੇ ਵਿਚਾਰ ਇਹ ਆ ਵੀ ਭਾਰਤ ਪੱਧਰ ਦੀ ਲੜਾਈ ਆ ਇਹ, ਸਾਨੂੰ ਕਹੇ ਪੰਜਾਬ 'ਚ ਹੀ ਲੜੀ ਜਾਣਾ, ਹੁਣ ਤੱਕ ਸਾਨੂੰ ਤਾਂ ਨਹੀਂ ਸੀ। ਜਾਂਦੀ ਉਹਨਾਂ ਨੇ ਸਾਨੂੰ ਸੱਦਿਆ, ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਸਾਡੇ ਇਸ ਘੋਲ ਦੀ ਧੜਕਣ ਬਣੀ ਹੋਈ ਹੈ, ਹਰਿਆਣੇ ਦੀ ਜਵਾਨੀ ਹੈ ਉਹ ਇਹਦੀ ਧੜਕਣ ਬਣੀ ਹੈ, UP ਦੀ ਜਵਾਨੀ ਹੈ, ਰਾਜਸਥਾਨ ਦੀ ਜਵਾਨੀ ਹੈ, ਇਸ ਘੋਲ ਦੀ ਧੜਕਣ ਬਣੀ ਹੈ। ਅਤੇ ਸੰਯੁਕਤ ਕਿਸਾਨ ਮੋਰਚਾ ਜਵਾਨੀ ਨੂੰ ਨਾਲ ਲੈਣ ਵਾਸਤੇ ਮੈਂ ਕਹੂੰਗਾ ਬਹੁਤ ਵੱਡੀ ਪ੍ਰਾਪਤੀ ਕਰ ਗਿਆ, ਕਿਉਂਕਿ ਆਉਣ ਵਾਲਾ ਭਵਿੱਖ, ਅਸੀਂ ਬੁੜੇ ਲੜਦੇ ਕਾਹਦੇ ਵਾਸਤੇ ਹਾਂ ਬਈ, ਨੌਜਵਾਨ ਤੁਹਾਡੇ ਭਵਿੱਖ ਵਾਸਤੇ ਲੜਦੇ ਹੋਗੇ ਨੌਜਵਾਨਾਂ ਦੇ, ਸਾਡੇ ਤਾਂ ਭਾਵੇਂ ਪਰਸੋਂ ਨੂੰ ਮਤਲਬ ਗੰਗਾ ਫੁੱਲ ਪੈ ਜਾਣ। ਜਵਾਨਾਂ ਦਾ ਭਵਿੱਖ, ਆਉਣ ਵਾਲੀਆਂ ਨਸਲਾਂ ਦਾ ਭਵਿੱਖ ਬਚਾਉਣ ਦੀ ਲੜਾਈ ਆ, ਅਤੇ ਸਾਰੇ ਭਾਰਤ ਨੂੰ ਅਜੇ ਬਹੁਤ, ਜਿਹੜਾ ਪਾਣੀ ਮੈਂ ਉਹ ਪਾਣੀ ਵਾਲੀ ਗੱਲ ਕਰਦਾ ਸੀ ਨਾ, ਅਜੇ ਇਹ ਪਾਣੀ ਤੁਰਿਆ ਜਾਂਦਾ, ਇਹਨੇ UP ਜੋੜੀ ਆ, ਰਾਜਸਥਾਨ ਜੋੜਿਆ, ਅਜੇ ਹੋਰ ਉਹ ਜਿਹੜੇ ਵੱਡੇ ਜਵਾਰ ਭਾਟੇ ਉੱਠਣੇ ਆ, ਜਿੱਧਰ ਨੂੰ ਇਹ ਪਾਣੀ ਛੱਡਣਾ ਸੀ ਲੋਕਾਂ ਦੇ ਇਕੱਠ ਦਾ ਪਾਣੀ, ਉੱਧਰ ਨੂੰ ਜਾਊਗਾ ਮੁਸ਼ਕਦਾਣੀ ਪਾਣੀ, ਕਿਸੇ ਨੂੰ ਲੱਗ ਸਕਦਾ ਵੀ ਟਰਾਲੀਆਂ ਇੱਥੇ ਖੜੀਆਂ। ਇਹ ਤਾਂ ਸਾਡੀਆਂ ਟਰਾਲੀਆਂ ਉਹ ਨੇ ਜਿਹੜਾ ਅਸੀਂ ਉਦੋਂ ਕਹੇ, ਮੇਰੇ ਕਲਖਾਰੀ ਨੇ ਕਿਹਾ ਸੀ ਬਾਪੂ ਦੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨ ਜਝਾਰ ਜੀਤ ਤੇਰੇ, ਚੁੱਭੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਮੂਹਰੇ, ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਕਿਹੜੀ ਕੁੱਲੀ? ਜਿਹੜੀ ਅੱਜ ਦਿੱਲੀ ਦੀਆਂ ਸੜਕਾਂ 'ਤੇ ਕੁੱਲੀਆਂ ਪਾਈਆਂ ਹੋਈਆਂ ਸਾਡੀਆਂ ਟਰਾਲੀਆਂ ਦੇ ਵਿੱਚ, ਇਹ ਉਹ ਸਾਡੇ ਕਲਗੀਆਂ ਵਾਲੇ ਨੂੰ ਸਾਡਾ ਸੁਨੇਹਾ,
ਉਹਨੂੰ ਅਸੀਂ ਵਿਸ਼ਵਾਸ ਦਵਾਉਂਦੇ ਵੀ ਇਸ ਕੱਲੀ ਕੱਲੀ ਟਰਾਲੀ ਨੂੰ ਕਿਲਾ ਬਣਾ ਕੇ ਲੜਾਂਗੇ, ਪਰ ਲੜਾਂਗੇ ਸ਼ਾਂਤਮਈ, ਸ਼ਾਂਤਮਈ ਸੰਘਰਸ਼ ਨਾਲ ਅੱਗੇ ਵਧਾਂਗੇ ਅਤੇ ਜੰਗ ਜਿੱਤ ਕੇ ਘਰਾਂ ਨੂੰ ਮੁੜਾਂਗੇ। ਜਿਨ੍ਹਾਂ ਨੂੰ ਇਹ ਲੱਗਦਾ ਸੀ ਪਾਣੀ ਮੁਸ਼ਕ ਜਾਂਦਾ ਥੋੜ੍ਹਾ ਖੜ੍ਹੇ, ਜੇ ਪਾਣੀ ਖੜ੍ਹਾ ਨਹੀਂ ਹੈ ਉਹਨਾਂ ਦੀ ਦੇਖਣੀ 'ਚ ਫਰਕ ਆ, ਇਕੱਲੇ ਮਤਲਬ ਬੈਰੀਕੇਡਾਂ ਨੂੰ ਹੱਥ ਲਾ ਕੇ ਫੋਟੋ ਖਿਚਾ ਕੇ ਲਾਠੀ ਚਾਰਜ ਕਰਾ ਕੇ 2 ਮਿੰਟ ਦਾ ਘਰ ਨੂੰ ਜਾਣ ਵਾਲਾ ਮੋਰਚਾ ਨਹੀਂ ਹੈ। ਜਿਹੜੇ ਵੀਰਾਂ ਨੂੰ ਇਹ ਲੱਗਦਾ ਵੀ ਇਹ ਸ਼ਾਂਤੀ ਨਾਲ ਹੀ ਜਿੱਤਿਆ ਜਾਊ, ਉਹ ਸ਼ਾਂਤ ਸੁਭਾਅ ਨਾਲ, ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਅਪੀਲ ਹੈ, ਗੱਲ ਨੂੰ ਸਮਝੋ, ਸਿੱਖੋ, ਤੀਜੀ ਅੱਖ ਖੋਲ੍ਹ ਕੇ ਇਸ ਮੋਰਚੇ ਦੀ ਹਮਾਇਤ 'ਤੇ ਆਓ, ਇਹ ਤੁਹਾਡੇ ਭਵਿੱਖ ਦਾ ਮੋਰਚਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਝ ਸਵਾਲ ਨੇ ਧਨੇਰ ਸਾਹਿਬ ਜਿਹੜੇ ਲੋਕਾਂ ਦੁਆਰਾ ਵਾਰ ਵਾਰ ਪੁੱਛੇ ਜਾ ਰਹੇ ਨੇ। ਇੱਕ ਤਾਂ ਇਹ ਕਿ ਜਿਹੜੇ ਆਪਣੇ 26 ਜਾਂ 26 ਤੋਂ ਬਾਅਦ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਗਏ ਆ, ਪੰਜਾਬ ਦੇ ਹੋਣ ਜਾਂ ਫਿਰ ਉਹ ਕਿਸੇ ਵੀ ਸਟੇਟ ਦੇ ਨੇ, ਉਹਨਾਂ ਬਾਰੇ ਹੁਣ ਤੱਕ ਆਪਾਂ ਕੀ ਕੀਤਾ? ਸਭ ਤੋਂ ਪਹਿਲਾਂ ਸਵਾਲ ਤਾਂ ਇਹ ਹੈ, ਤੁਸੀਂ ਇਹ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ, ਕਿਉਂਕਿ ਬਹੁਤ ਸਾਰੇ ਕਾਰਨ ਨੇ, ਆਪਾਂ ਲੋਕਾਂ ਨੂੰ ਦੱਸ ਨਹੀਂ ਪਾ ਰਹੇ, ਕੀਤਾ ਬਹੁਤ ਕੁਛ ਹੈ, ਆਪਾਂ ਇੱਥੇ ਬੈਠੇ ਜਾਣਦੇ ਹਾਂ, ਪਰ ਤੁਸੀਂ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ ਕਿ ਜਿਹੜੇ ਆਪਣੇ ਲੀਗਲ ਪੈਨਲ ਨੇ ਉਹ ਕੀ ਕੁਝ ਕਰ ਰਹੇ ਆ, ਉਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ। ਦੇਖੋ, ਮੈਂ ਸਰੋਤਿਆਂ ਵੀਰਾਂ ਨੂੰ ਇਹੀ ਗੱਲ ਕਹੂੰਗਾ, 46 ਬੰਦਿਆਂ ਦੀ ਲਿਸਟ ਤਾਂ ਲਖਵਿੰਦਰ ਸਿੰਘ ਜਾਖੜ ਜਿਹੜੇ DIG ਸਾਡੇ ਘੋਲ ਦੇ ਵਿੱਚ ਅਸਤੀਫਾ ਦੇ ਕੇ ਆਏ ਨੇ, DIG ਦੇ ਅਹੁਦੇ ਤੋਂ ਜੇਲ੍ਹਾਂ ਦੇ, ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਪੜਤਾਲ ਕਰ ਰਿਹਾ, ਨਾਲ ਦੀ ਨਾਲ ਮੈਂ ਉਹਦਾ ਸਹਿਯੋਗ ਦੇ ਕੇ, ਉਹਨਾਂ ਨੇ ਦੂਜੇ ਦਿਨ ਮੈਨੂੰ 46 ਮੁੰਡਿਆਂ ਦੀ ਲਿਸਟ ਦੇ ਦਿੱਤੀ। ਮੈਂ ਸੰਯੁਕਤ ਮੋਰਚੇ ਨੂੰ ਉਹ ਜਦੇ ਸੰਭਾਲਤੀ ਵੀ ਆਹ 2 ਨੰਬਰ ਜੇਲ੍ਹ ਦੇ ਵਿੱਚ ਨੇ ਸਾਡੇ ਮੁੰਡੇ ਕੈਦ ਨੇ, ਇਹਨਾਂ ਨੂੰ ਲੱਭੋ। ਅਸੀਂ ਸੰਯੁਕਤ ਮੋਰਚੇ ਵੱਲੋਂ ਕਮੇਟੀ ਬਣਾਈ ਬਕਾਇਦਾ, ਜਿਹੜੇ ਸਾਡੇ ਲਾਪਤਾ ਮੁੰਡੇ ਨੇ ਜਾਂ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਪਹਿਲੀ ਗੱਲ ਸਾਡੀ ਮਿਲਣ ਦੀ ਸੀ, ਭਾਲਣ ਦੀ ਸੀ, ਜਿੱਥੋਂ ਤੱਕ ਉਹਨਾਂ ਦੀ ਪੈਰਵਾਈ ਦੀ ਆ, ਪੂਰੇ ਪੈਰਵਾਈ ਹੋ ਰਹੀ ਆ। ਪਰ ਮੇਰੀ ਉਹਨਾਂ ਮਾਪਿਆਂ ਨੂੰ, ਉਹਨਾਂ ਘਰਾਂ ਨੂੰ ਅਪੀਲ ਆ, ਇਹ ਦੇਖੋ ਆਪਾਂ ਮੋਰਚਾ ਲੜਨ ਆਏ ਹਾਂ, ਸਾਡਾ ਇਤਿਹਾਸ ਆ, ਇਹਦੇ 'ਚ ਕੁਰਬਾਨੀਆਂ ਦੇਣੀਆਂ ਪਈਆਂ, ਜੇ ਸਾਨੂੰ 1 ਮਹੀਨਾ 10 ਦਿਨ ਜੇਲ੍ਹਾਂ 'ਚ ਰਹਿਣਾ ਪੈਂਦਾ, ਰਹਿਣਾ ਤਾਂ ਪਊਗਾ ਬਈ, ਜੇ ਅਸੀਂ ਅੱਜ ਆਗੂ ਕਹਾਉਂਦੇ ਹਾਂ ਤਾਂ 3-3, 4-4 ਸਾਲ ਜੇਲ੍ਹ 'ਚ ਰਹਿਣਾ ਪਿਆ ਨਾ, ਹੌਸਲਾ ਰੱਖਣਾ ਚਾਹੀਦਾ, ਜੇਲ੍ਹਾਂ 'ਚੋਂ ਬਾਹਰ ਕਢਾਵਾਂਗੇ, ਪਰ ਹੁਣ ਇਹੋ ਜਿਹਾ ਆਪਣਾ ਮੋਰਚਾ ਨਹੀਂ, ਆਪਣਾ ਸ਼ਾਂਤੀ ਵਾਲਾ, ਜੇਲ੍ਹ ਦੀ ਕੰਧ ਭੰਨ ਕੇ ਤਾਂ ਆਪਾਂ ਕੱਢ ਕੇ ਨਹੀਂ ਲਿਆ ਸਕਦੇ, ਕਾਨੂੰਨੀ ਚਾਰਾ ਜੋਈ ਪੂਰੀ ਇਮਾਨਦਾਰੀ ਨਾਲ ਕਹਿੰਦੇ, ਉਹ ਸਾਡੇ ਬੱਚੇ ਆ, ਤੁਸੀਂ ਘਰਾਂ 'ਚ ਬੈਠੇ ਉਹਨਾਂ ਦਾ ਫਿਕਰ ਨਾ ਕਰੋ, ਸਾਡੇ ਬੱਚੇ ਨੇ ਜਿਹੜੇ ਉੱਥੇ ਭੁੱਲ ਭੁਲੇਖੇ ਉੱਧਰ ਨੂੰ ਚਲੇ ਗਏ, ਕਿਤੋਂ ਵੀ ਘੋਲਾਂ ਨੂੰ ਕਿਰਾਹੇ ਪਾਉਣ ਲਈ ਕੁਛ ਲੋਕਾਂ ਨੂੰ ਪਾੜਦੀਆਂ ਹੁੰਦੀਆਂ, ਇਹਦੇ 'ਚ ਵੀ ਸਰਕਾਰਾਂ ਕਾਮਯਾਬ ਹੋ ਗਈਆਂ ਸੀ। ਮੈਂ ਇੱਕ ਥਾਪੜ ਕੇ ਕਹੂੰਗਾ, ਘੋਲ ਆਪੇ ਨਹੀਂ ਵਾਪਰਿਆ, ਸਰਕਾਰਾਂ ਨੇ ਕੋਸ਼ਿਸ਼ ਕੀਤੀ ਸੀ ਇਸ ਘੋਲ ਨੂੰ ਕਿਰਾਹੇ ਪਾਉਣ ਦੀ, ਕੁਛ ਲੋਕ ਉਸ ਪਟੜੀ 'ਤੇ ਚੜ੍ਹੇ, ਚੜ੍ਹਨ ਤੋਂ ਬਾਅਦ ਉਹਨਾਂ ਨੇ ਮਗਰ ਲੱਗ ਕੇ ਸਾਡੇ ਆ ਬੇਦੋਸ਼ੇ ਨੌਜਵਾਨ ਜਿਹੜੇ ਉਹ ਗਏ, ਉਹਨਾਂ ਨੂੰ ਅਸੀਂ ਜ਼ਰੂਰ ਮਤਲਬ ਜੇਲ੍ਹਾਂ 'ਚੋਂ ਬਾਹਰ ਲਿਆਵਾਂਗੇ ਅਤੇ ਛੇਤੀ ਲਿਆਵਾਂਗੇ, ਸਰਕਾਰ ਨਾਲ ਗੱਲਬਾਤ ਉਦੋਂ ਸ਼ੁਰੂ ਕਰਾਂਗੇ ਜਿੰਨਾ ਚਿਰ ਨੌਜਵਾਨ ਜਾਂ ਸਾਡੇ ਹੋਰ ਵੀ ਜਿਹੜੇ ਲੋਕ ਬੁੱਢੇ ਬਾਪੂ ਫੜੇ ਹੋਏ ਨੇ ਉਹਨਾਂ ਨੂੰ ਬਾਹਰ ਨਹੀਂ ਲਿਆਉਂਦੇ, ਉਹਨਾਂ 'ਚ ਸਰਕਾਰ ਨਾਲ ਕੋਈ ਗੱਲਬਾਤ ਨਹੀਂ, ਪਹਿਲੀ ਗੱਲ ਸਾਡੀ ਇਹਨਾਂ ਨੂੰ ਬਾਹਰ ਲਿਆਉਣ ਦੀ ਹੈ ਜੀ। ਇੱਕ ਹੋਰ ਸਵਾਲ ਪੁੱਛਿਆ ਜਾ ਰਿਹਾ ਕਿ ਨੌਜਵਾਨਾਂ ਨੂੰ ਆਪਾਂ ਕਿੰਨਾ ਕੁ ਨਾਲ ਲੈ ਕੇ ਚੱਲਦੇ ਹਾਂ, ਜਾਂ ਵਾਰ ਵਾਰ ਕਿਹਾ ਜਾਂਦਾ ਵੀ ਨੌਜਵਾਨ ਨੌਜਵਾਨਾਂ ਨੂੰ ਨਾਲ ਲੈ ਕੇ ਚੱਲੋ, ਤੁਸੀਂ ਥੋੜ੍ਹਾ ਜਿਹਾ ਇਹਨੂੰ ਦੱਸੋ ਕਿ ਆਪਾਂ ਕਿੰਨਾ ਨੌਜਵਾਨਾਂ ਨੂੰ ਕਿੰਨੀ ਤਵੱਜੋ ਦਿੰਦੇ ਹਾਂ, ਉਹ ਸਾਰਾ ਤੁਸੀਂ ਮਾੜਾ ਗਰਾਊਂਡ ਲੈਵਲ ਦੇ ਉੱਤੇ ਜੋ ਕੁਛ ਹੋ ਰਿਹਾ ਉਹ ਦੱਸੋ ਥੋੜ੍ਹਾ ਜਿਹਾ। ਦੇਖੋ, ਮੈਂ ਹੁਣੇ ਉਦਾਹਰਣ ਦੇ ਕੇ ਹਟਿਆ ਵੀ ਨੌਜਵਾਨ ਪਹਿਲਾਂ ਜਿਹੜੇ ਇਕੱਲੀ ਫੇਸਬੁੱਕ ਦੇਖਦੇ ਸੀ, ਹੁਣ ਉਹ ਸਾਡੇ ਵੱਡੇ ਵੱਡੇ ਇਕੱਠ ਦੇਖਣ ਲੱਗ ਗਏ, ਬੁਲਾਰਿਆਂ ਦੀਆਂ ਗੱਲਾਂ ਸੁਣਨ ਲੱਗ ਗਏ, ਬੁਲਾਰਿਆਂ ਦੇ ਵਿੱਚ ਇਕੱਠਾਂ ਦੇ ਵਿੱਚ ਆ ਕੇ ਮੀਟਿੰਗਾਂ ਸੁਣਨ ਲੱਗ ਗਏ, ਤਾਂ ਅੱਗੇ ਨੂੰ ਬਹੁਤ ਵੱਡਾ ਫਰਕ ਪਿਆ। ਮੈਨੂੰ ਲੱਗਦਾ ਵੀ ਇੱਧਰ ਤੁਰੇ ਫਿਰਦਿਆਂ ਨੂੰ ਵੀ ਸਾਨੂੰ 20-25 ਮੁੰਡੇ, ਕਿਉਂਕਿ ਖਾਸ ਕਰਕੇ ਕੁਛ ਸਾਡਾ ਜਿਹੜਾ ਮਾਲਵਾ ਬੈਲਟ ਹੈ ਇਹ ਪਹਿਲਾਂ ਤੋਂ ਜਥੇਬੰਦ ਸੀ, ਜਿਹੜਾ ਦੁਆਬਾ ਏਰੀਆ ਜਾਂ ਲੁਧਿਆਣੇ ਦਾ ਏਰੀਆ ਸੀ ਇਹਦੇ 'ਚ ਉਹਨਾਂ ਜਥੇਬੰਦ ਨਹੀਂ ਸੀ, ਜਥੇਬੰਦ ਤਾਂ ਸੀ ਪਰ ਕਮਜ਼ੋਰ ਸੀ ਪੱਖ ਇਹ। ਇਹ ਲੋਕ ਸਾਨੂੰ ਪੁੱਛਦੇ ਬਾਪੂ ਸਾਨੂੰ ਸਮਝਾਓ ਤਾਂ ਸੀ ਇਹ ਗੱਲ ਕੀ ਹੈ, ਸਮਝਾਉਂਦੇ ਸੀ ਜਦੋਂ ਉਹ ਗੱਲ ਸਮਝਦੇ ਸੀ ਤਾਂ ਉਹਨਾਂ ਨੂੰ ਆਪਣੀ ਸੰਯੁਕਤ ਮੋਰਚੇ ਦੀ ਗੱਲ ਠੀਕ ਲੱਗਦੀ ਹੈ ਵੀ ਤੁਸੀਂ ਠੀਕ ਲੜਦੇ ਹੋ, ਅਤੇ ਉਹ ਸਾਡੇ ਘੋਲ ਦਾ ਅੰਗ ਬਣ ਰਹੇ ਨੇ, ਵੱਧ ਤੋਂ ਵੱਧ ਗਿਣਤੀ 'ਚ ਆਉਣਗੇ। ਅਸੀਂ ਵੀ ਨਹੀਂ ਕਹਿੰਦੇ ਵੀ ਇੱਕ ਦਿਨ ਨਹੀਂ ਆਪਾਂ ਹਨੇਰੀ ਲਿਆ ਦੀਏ, ਕਿਉਂਕਿ ਘੋਲ ਲੰਮਾ ਲੜਨਾ ਹੈ, ਘਰ ਦੇ ਕੰਮ ਵੀ ਕਰਨੇ ਉਹਨਾਂ ਨੇ, ਕਣਕਾਂ ਨੂੰ ਪਾਣੀ ਵੀ ਲਾਉਣਾ। ਪਰ ਮੈਨੂੰ ਇਸ ਗੱਲ ਦਾ ਪਤਾ ਹੈ, ਜਦੋਂ ਮੈਨੂੰ ਸੱਦੇ ਇਸ ਗੱਲ ਦੇ ਆਉਂਦੇ ਆ, ਬਾਪੂ ਸਾਨੂੰ ਤਰੀਕ ਦੇ ਕਿਹੜੇ ਦਿਨ ਦੀ ਦਿੰਦਾ, ਬਾਪੂ ਸਾਨੂੰ ਤਰੀਕ ਦੇ ਕਿਹੜੇ ਦਿਨ ਦੀ ਦਿੰਦਾ, ਤਾਂ ਮੈਨੂੰ ਇਕੱਲੇ ਨੂੰ ਨਹੀਂ ਆਉਂਦੇ ਹੋਣੇ, ਸਾਡੇ ਸੰਯੁਕਤ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਹੋਰ ਵੀ ਆ, ਉਹ ਗੱਲ ਦੱਸਦੀ ਹੈ ਵੀ ਨੌਜਵਾਨਾਂ ਨੂੰ ਤਾਂ ਅਸੀਂ ਹੱਥ ਅੱਡੀ ਖੜ੍ਹੇ ਹਾਂ, ਕਿਉਂਕਿ ਨੌਜਵਾਨਾਂ ਨੂੰ ਤਾਂ ਅਸੀਂ ਉਹਨਾਂ ਸਿਆਸੀ ਬਘਿਆੜਾਂ ਤੋਂ ਛਡਾਇਆ ਜਿਹੜੇ ਪਹਿਲਾਂ ਇਹਨਾਂ ਨੂੰ ਮਤਲਬ ਨਸ਼ੇੜੀ ਕਹਿੰਦੇ ਸੀ, ਨਸ਼ੇੜੀ ਕਰਦੇ ਵੀ ਸੀ, ਇਹ 'ਚ ਕੀ ਰੌਲਾ, ਹੁਣ ਆ 7-8 ਮਹੀਨਿਆਂ ਦਾ ਕੰਮ ਬੰਦ ਸੀ ਉਹਨਾਂ ਦਾ,
ਆ ਹੁਣ ਕੱਲ ਪਰਸੋਂ ਫੇਰ ਦੁਕਾਨਾਂ ਚਲਾਈਆਂ ਉਹੀ ਖਲਪਾੜੋ ਖਲਪਾੜੀ ਹੋਇਆ ਕਿ ਸਾਡੇ ਮੁੰਡਿਆਂ 'ਤੇ ਬਣਵਾਉਣਗੇ। ਇਹਨਾਂ ਤੋਂ ਬਚਾਏ ਹੋਏ ਮੁੰਡੇ ਸਾਡੇ ਕਿਸਾਨ ਮਤਲਬ ਜਿਹੜੇ ਸੰਘਰਸ਼ ਨੇ ਉਹਨਾਂ ਵਿੱਚ ਸ਼ਾਮਿਲ ਹੋ ਰਹੇ ਨੇ, ਵੱਡੀ ਗਿਣਤੀ 'ਚ ਹੋ ਰਹੇ ਨੇ। ਬੜੀ ਖੁਸ਼ੀ ਹੈ ਜ਼ਿਲ੍ਹਿਆਂ ਦੇ ਜ਼ਿਲ੍ਹੇ ਅਸਾਰ 'ਤੇ ਨੌਜਵਾਨਾਂ ਨੇ ਇਸ ਮੋਰਚੇ ਦੇ ਵਿੱਚ ਜਿਹਦੀ ਅਗਵਾਈ ਨੌਜਵਾਨ ਹੀ ਕਰਦੇ। ओके जी, एक होर सवाल है जी, जो लोग पूछ रहे हैं सिंघू बॉर्डर है जो अपना इतने सिर्फ अपने पंजाब के लोग ही रह गए हैं, तो जिम्मे ज़्यादा टिकरी से विचरते हो सिंघू बॉर्डर के उत्ते, दस थोड़ा जहा दसोंगे कि इतने कि राज्यों के लोग ने कि आपसी भाईचारा है। देखो ये ठीक है, किसी को यह लग सकता है क्योंकि पहल पहल पंजाबियों की सी बद जो आप कही भी कुछ दिन का मोर्चा जोड़ा ਐਂ ਲੱਗਦਾ ਵੀ ਨਰੋਲ ਪੰਜਾਬੀ ਹੈ, ਇੱਥੇ ਸੀ ਵੀ ਪੰਜਾਬੀ ਹੋ ਜਾਣ ਦੀ, ਜਿਹੜੇ ਹਰਿਆਣੇ ਦੇ ਵਿੱਚੋਂ ਵੀ ਆਏ ਮੈਂ ਤਾਂ ਕਹੂੰਗਾ ਉਹ ਵੀ ਪੰਜਾਬੀ ਸੀ, ਪੱਗਾਂ ਵਾਲੇ ਜਿਹਨੂੰ ਕਹਿ ਲਈਏ ਜ਼ਿਆਦੇ। ਉਸ ਤੋਂ ਬਾਅਦ ਲਗਾਤਾਰ ਹਰਿਆਣੇ ਦੇ ਸਾਡੇ ਉਹ ਟੋਪੀਆਂ ਵਾਲੇ ਬਾਈ, ਮੈਂ ਤਾਂ ਗੱਲ ਕਰਦਾ ਹੁੰਦਾ ਪਿੰਡਾਂ 'ਚ ਆ ਕੇ ਵੀ ਲੋਕ ਤਾਂ ਐਂ ਮੰਗ ਕਰਦੇ ਆ ਵੀ ਯਾਰ ਪਹਿਲਾਂ ਪੰਜਾਬ ਬਹਾਲ ਕਰੋ, ਹਿਮਾਚਲ ਵਾਲਾ ਹਰਿਆਣੇ ਵਾਲਾ ਮਤਲਬ ਜਿਹੜਾ ਪੰਜਾਬ ਸੀ ਇਕੱਠਾ ਵੱਡਾ ਪੰਜਾਬ ਬਣਾਓ। ਉਹ ਕਿਉਂ ਬਣਾਓ, ਮੈਂ ਉਹ ਕਹਿੰਦਾ ਸੀ ਇੱਕ ਪਾਸੇ ਸਾਡਾ ਕੇਸਰੀ ਨਿਸ਼ਾਨ ਝੂਲਦਾ, ਇੱਧਰ ਸਾਡੇ ਨਿਹੰਗ ਬਾਬੇ ਘੋੜੇ ਲਈ ਬੈਠੇ ਆ, ਇੱਧਰ ਸਾਡੀਆਂ ਜਥੇਬੰਦੀਆਂ ਦੇ ਝੰਡੇ ਲੱਗੇ ਹੋਏ ਆ, ਅਤੇ ਵਿਚਾਲੇ ਜਿਹੜੇ ਉਹ ਤਾਊ ਨੇ ਹਰਿਆਣੇ ਵਾਲੇ ਉਹ 14-15 ਜਣੇ ਹੁੱਕਾ ਪੀ ਜਾਂਦੇ ਆ। ਹੁਣ ਹੁੱਕੇ ਦਾ ਧੂੰਆਂ ਤਾਂ ਜਾਂਦਾ ਹੀ ਹੋਊ ਨਾ ਦੂਜੇ ਲੋਕਾਂ 'ਤੇ ਵੀ, ਪਰ ਕਿਸੇ ਨੂੰ ਨਫ਼ਰਤ ਨਹੀਂ ਹੋਈ ਯਾਰ। ਨਫ਼ਰਤ ਫਿਰ ਇਹਦਾ ਮਤਲਬ ਕਿੱਥੋਂ ਹੁੰਦੀ ਆ, ਜਦੋਂ ਸਿਆਸਤਦਾਨ ਨਫ਼ਰਤ ਦੇ ਬੀਜ ਬੀਜ ਕੇ ਸਾਡੇ ਇਹਨਾਂ ਲੋਕਾਂ ਨੂੰ ਪਾੜ ਕੇ ਰਾਜ ਕਰਨਾ ਚਾਹੁੰਦੇ ਆ, ਚਾਹੇ ਉਹ ਧਰਮਾਂ ਦੇ ਨਾਂ 'ਤੇ ਚਾਹੇ ਜਾਤਾਂ ਦੇ ਨਾਂ 'ਤੇ, ਜਦੋਂ ਉਹ ਨਫ਼ਰਤ ਭਰਦੇ ਆ, ਨਫ਼ਰਤ ਉਦੋਂ ਭਰੀ ਜਾਂਦੀ ਆ ਜਦੋਂ ਤੱਕ ਇਹ ਨਫ਼ਰਤ ਨਹੀਂ। ਇਹ ਸਿੰਘੂ ਬਾਰਡਰ ਜਾਂ ਮਤਲਬ ਜਿਹੜਾ ਹੈਗਾ ਟਿੱਕਰੀ ਬਾਰਡਰ, 2.5 ਮਹੀਨਿਆਂ ਤੋਂ ਮੈਂ ਦੇਖ ਰਿਹਾ, ਜਿਹਨੂੰ ਨਹੀਂ ਤਸੱਲੀ ਆਉਂਦੀ ਉਹ ਆ ਕੇ ਦੇਖ ਲਵੇ ਵੀ ਕਿਵੇਂ ਸਾਡੀ ਸਾਂਝ ਚੱਲ ਰਹੀ ਆ, ਕਿੰਨੀ ਵੱਡੀ ਗਿਣਤੀ 'ਚ ਦੂਜੇ ਸੂਬਿਆਂ ਦੇ ਕਰਨਾਟਕਾ ਤੱਕ ਦੇ ਲੋਕ ਸਾਡੇ ਕੋਲ ਆ ਕੇ, ਕਿੰਨੀ ਦੂਰ ਆ ਕਰਨਾਟਕਾ ਤਾਮਿਲਨਾਡੂ ਦੇ ਉਹ ਲੋਕ ਸਾਡੇ ਵਿੱਚ ਬੈਠੇ ਨੇ। ਹਰਿਆਣਾ ਤਾਂ ਬਹੁਤ, ਹਰਿਆਣਾ ਤਾਂ ਬਣੀ ਸਾਡਾ ਗਿਆ, ਅਤੇ ਇੱਦੂ ਗਾਹਾਂ ਛੇਤੀ ਹੋਈ ਮਤਲਬ ਜਿਹੜਾ ਰਾਜਸਥਾਨ ਦੇ ਜਿਹੜੇ ਟੋਲ ਪਲਾਜ਼ਾ, ਯੂਪੀ ਦੇ ਟੋਲ ਪਲਾਜ਼ੇ ਰਾਜਸਥਾਨ ਦੇ ਟੋਲ ਪਲਾਜ਼ੇ ਛੇਤੀ ਬੰਦ ਹੋਣ ਜਾ ਰਹੇ ਆ, ਘੋਲੋ ਸਾਡਾ ਤੇਜ਼ੀ ਨਾਲ ਵੱਧ ਰਿਹਾ। ਪਰ ਜਿਨ੍ਹਾਂ ਨੂੰ ਇਹ ਲੱਗਦਾ ਵੀ ਪਾਣੀ ਮੁਸ਼ਕਦਾ, ਉਹਨਾਂ ਨੂੰ ਦੁਆਰੇ ਐਨਕਾਂ ਸਾਫ਼ ਕਰਕੇ ਦੇਖਣਾ ਚਾਹੀਦਾ ਵੀ ਘੋਲ ਅੱਗੇ ਵੱਧ ਰਿਹਾ ਕਿ ਘੋਲ ਘੱਟ ਰਿਹਾ। ਇਹ ਠੀਕ ਹੈ, ਕਿਸੇ ਵੇਲੇ ਸਾਨੂੰ ਐਂ ਲੱਗਦਾ ਸੀ ਵੀ ਮਤਲਬ ਇੱਕ ਪਾਸੇ, ਮੈਂ ਹੁਣ ਇਹ ਉਹਨਾਂ ਲੋਕਾਂ ਨੂੰ ਸੱਦਾ ਦਊਂ ਵੀ ਟਿੱਕਰੀ ਵਾਲੇ ਪਾਸੇ ਆ ਕੇ ਦੇਖੋ ਭਾਈ, ਅਤੇ ਗਾਜ਼ੀਪੁਰ 'ਤੇ ਜਾ ਕੇ ਦੇਖੋ ਕੁੱਲ ਮਿਲਾ ਕੇ ਇਕੱਠ ਕਿੱਡਾ ਲੋਕਾਂ ਨੇ ਆਉਣਾ ਜਾਣਾ ਹੀ ਹੁੰਦਾ। ਟਰਾਲੀਆਂ ਦੀ ਗਿਣਤੀ ਕਰੋ, ਜਿਹੜਾ 26 ਵਾਲਾ ਕਈਆਂ ਨੂੰ ਵਹਿਮ ਖੜਾ ਕਰਤਾ ਸੀ ਵੀ ਜਿਵੇਂ 26 ਨੂੰ ਬਸ ਜਿੱਤ ਕੇ ਆਪਾਂ ਘਰਾਂ ਚਲੇ ਆ ਜਾਣਾ, ਇਹ ਵੀ ਗੱਲ ਸਾਫ਼ ਸੀ। ਜਿਹੜਾ 26 ਨੂੰ ਲੋਕ ਵੱਡੀ ਗਿਣਤੀ 'ਚ ਮੁੜੇ ਆ, ਉਹਨਾਂ ਨੂੰ ਬਣਾਇਆ ਹੀ ਆਏ ਗਿਆ ਸੀ, ਤੁਸੀਂ ਤਾਂ ਬਸ 26 ਨੂੰ ਮੁੜੇ ਆਉਣਾ। ਅਸੀਂ ਯਾਰ 6 ਮਹੀਨੇ ਕਰੀ ਜਾਂਦੇ ਹਾਂ, ਫਿਰ ਜਿਹੜੇ ਉਹ ਜ਼ਿਆਦਾ ਭਰ ਕੇ ਲਿਆਏ ਸੀ ਉਹ 26 ਤਰੀਕ ਨੂੰ ਵਾਪਸ ਕਰਨ ਵਾਸਤੇ ਵੀ 26 ਨੂੰ ਆਪਾਂ ਜੰਗ ਜਿੱਤ ਕੇ ਮੁੜੇ ਆਉਣਾ, ਉਹਦਾ ਵੀ ਅਸਰ ਪਿਆ ਸੀ। ਜਿਹੜੇ ਵੱਡੇ ਕੱਠ ਤੋਂ ਲੋਕਾਂ ਨੂੰ ਲੱਗਦਾ ਵੀ ਕਹਿੰਦੇ ਸਿੰਘੂ ਤਾਂ ਘੱਟ ਗਿਆ, ਨਹੀਂ ਘਟਿਆ ਨਹੀਂ ਸਾਡਾ, ਸਾਡਾ ਜਿਹੜਾ ਮੈਂ ਕਹਿੰਦਾ ਵੀ ਪਰਪਾਕਾ ਰਾਦਿਆਂ ਵਾਲਾ ਜਿਹੜਾ ਇਕੱਠ ਉਹ ਸਾਡਾ ਵਧਿਆ ਹੋਇਆ। ਠੀਕ ਆ, ਆਉਣ ਜਾਣ ਵਾਲੇ ਬੰਦਿਆਂ ਦਾ ਕੋਈ ਮਤਲਬ ਆ ਕੇ ਕੈਨੇਡਾ ਨੂੰ ਮੁੜ ਗਿਆ ਹੋਊਗਾ, ਕੋਈ ਆ ਕੇ ਮਤਲਬ ਦੇਖ ਕੇ, ਕਿਉਂਕਿ ਹੁਣ ਹਰੇਕ ਬੰਦਾ ਇਹ ਸਮਝਦਾ ਵੀ ਜੇ ਦਿੱਲੀ ਵਾਲੇ ਮੋਰਚੇ 'ਚ ਨਾ ਗਏ ਤਾਂ ਜਿਵੇਂ ਕਹਿੰਦੇ ਵੀ ਗੰਗਾ ਨਹਾਤੀ ਨਹੀਂ ਜਾਣੀ, ਉਹ ਹਰੇਕ ਹੀ ਬੰਦਾ ਸੋਚ ਕੇ ਇੱਦਾਂ ਆਉਂਦਾ ਇਹਨੂੰ। ਪਰ ਜਿਹੜੇ ਪੱਕੇ ਸਿਪਾਹੀ ਆ ਮੋਰਚੇ ਦੇ ਉਹ ਇੱਥੇ ਹਾਜ਼ਰ ਨੇ, ਉਹ ਵੱਧ ਰਿਹਾ ਮੋਰਚਾ ਘੱਟ ਨਹੀਂ ਰਿਹਾ, ਅਤੇ ਜਿਹੜੀ ਲੜਨ ਦੀ ਤਿਆਰੀ ਹੈ ਉਹ ਸਾਡੀ 6 ਮਹੀਨੇ ਵਾਲੀ ਤਾਂ ਹੈਗੀ, ਉਦੋਂ ਗਾਹਾਂ ਵਾਲੀ ਅਸੀਂ ਬਣਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।